ਹਲੋ ਜੀ ਆ ਸਾਡੇ ਉਹਨਾਂ ਦਾ ਹਾਲ ਵਾ ਇਹ ਖੰਡਰ ਸਾਹਿਬ ਉਹਨਾਂ ਦਾ ਜਾ ਕੇ ਕਾਲੇ ਵਾਲ ਉਹਨਾਂ ਨੇ ਲੈਕਚਰ ਦਿੱਤਾ ਵੀ ਇੰਨੇ ਬੰਦੇ ਸਾਡੇ ਜਿਹੜੇ ਆ 4000 ਵਿੱਚੋਂ 4 ਬੰਦੇ ਨਿਕਲੇ ਆ ਸਿਰ ਨਸ਼ੇ ਵਾਲੇ ਹੁਣ ਨਸ਼ਿਆ ਠੇਕਾ ਆ ਹੋ ਗਿਆ ਸਾਡਾ ਚੱਕ ਕੇ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ 3 ਕਿਲੋਮੀਟਰ ਕਿਹਾ ਸੀ ਉਹਨਾਂ ਨੇ 100 ਗਜ਼ ਵੀ ਨਹੀਂ ਇਹ ਇੱਧਰ ਨੂੰ ਕੀਤਾ ਨਹੀਂ ਕਾਮਰੇਡ ਸਾਹਿਬ ਮੇਰੀ ਗੱਲ ਸੁਣੋ ਅਸੀਂ ਕੋਈ ਵੀ ਗੱਲ ਕਰਦੇ ਹਾਂ ਅਸੀਂ ਉਹ ਕਹਿੰਦੇ ਵੀ ਤੁਸੀਂ ਜਾਗੋ 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 ਅੱਛਾ ਉਹ ਚੱਲ ਗਏ ਉਹ ਤੋਂ ਬਾਅਦ ਜਿਹਨਾਂ ਨੂੰ ਕੀਤਾ ਆ ਉਹਨਾਂ ਦੇ ਪੇਪਰ ਜਮ੍ਹਾਂ ਕਰ ਲਏ ਕਿਉਂ ਪੇਪਰ ਜਮ੍ਹਾਂ ਕਰ ਲਿਆ ਕਿਹੜਾ ਕਾਨੂੰਨ ਕਹਿੰਦਾ ਵੀ ਉਹਨਾਂ ਦੇ ਪੇਪਰ ਜਮ੍ਹਾਂ ਕਰ ਲਈਏ ਹੈ ਕੋਈ ਇੱਦਾਂ ਦਾ ਸਵਾਲ ਤਾਂ ਕਿ ਤੁਸੀਂ ਤੁਹਾਡਾ ਜੀ ਇਲਾਜ ਕਰਨਾ ਉਹਨਾਂ ਨੂੰ ਇਲਾਜ ਤਾਂ ਕੀ ਕਰਨਾ ਵੀ ਜਿਹੜੇ ਆਮ ਆਦਮੀ ਪਾਰਟੀ ਮੂਹਰੇ ਆ ਰਹੀ ਆ ਉਹਨਾਂ ਦੇ ਵਿੱਚ ਸਾਡਾ ਜਿਹੜਾ ਆ ਇਹ ਪੂਰਾ ਜੋ ਨੌਜਵਾਨ ਪੀੜ੍ਹੀ ਨੂੰ ਤੋੜਿਆ ਜਾਵੇ ਪਹਿਲਾਂ ਧਰਮਾਂ ਨਾਲ ਤੋੜੇ ਇਹਨਾਂ ਨੇ ਧਰਮਾਂ ਨਾਲ ਤੋੜ ਕੇ ਇਹਨਾਂ ਨੇ ਧਰਮ ਨੂੰ ਅਸੀਂ ਲਿਆ ਧਰਮ ਨੂੰ ਲੈ ਕੇ ਚੱਲੇ ਧਰਮ ਦੀ ਖੋਜ ਕੀਤੀ ਅਸੀਂ ਤਾਂ ਧਰਮ ਨੂੰ ਲੈ ਕੇ ਚੱਲਦਾ ਗੁਰੂ ਗ੍ਰੰਥ ਸਾਹਿਬ ਬਾਣੀ ਕਿਤੇ ਖੜੀ ਆ ਇਹ ਕਿਤੇ ਖੜੇ ਆ ਹੁਣ ਆ ਜਿਹੜੇ ਸ਼ਰਾਬੀ ਬੰਦੇ ਨੇ ਆਉਣਾ ਦੱਸੋ ਮੈਨੂੰ ਆਹ ਪੱਥਰ ਸਟਾ ਦਿੱਤਾ ਕੱਲ੍ਹ ਨੂੰ ਦੇਖ ਲਿਓ ਪਰਸੋਂ ਦੇਖ ਲਓ ਜਿਹੜੇ ਡਿਗਿਆ ਡਿਗਿਆ ਨੇ ਆਉਣਾ ਰਸਤੇ ਡਿੱਗਦੇ ਆ ਉਹ ਤੋਂ ਬਾਅਦ ਫਿਰ ਇੱਥੇ ਸੱਟ ਲੱਗਣੀ ਹੈ ਸਿਰ 'ਚ ਪੱਥਰ ਲੱਗਣਾ ਨਹੀਂ ਨਹੀਂ ਉਹ ਦੱਸਦੇ ਕਾਰਨ ਕਰਾਉਣ ਕੋਈ ਗੱਲ ਨਹੀਂ ਗੁਰੂ ਦੀ ਕਿਰਪਾ ਲੈਣੀ ਲੈਣੀ ਆ ਹੁਣ ਆ ਬੋਰਡ ਆ ਬੋਰਡਾਂ ਨੂੰ ਪੈਸੇ ਦੇ ਤੇ ਬੋਰਡ ਲਿਖੀ ਜਾਂਦੇ ਆ ਮੈਂ ਆਪਣੇ ਗੁਰੂ ਦੀ ਕਿਰਪਾ ਨੇ ਕਿਹਾ ਵੀ ਤੁਸੀਂ ਜਿਹੜੇ ਵੀ ਬੋਰਡ ਲਿਖਣ ਵਾਲੇ ਹੈਗੇ ਝਗੜਾ ਨਹੀਂ ਕਰਨਾ ਕੋਈ ਨਾ ਕੋਈ ਖਾਲੀ ਝਾੜੂ ਘਰ ਪਿਆ ਨਾ ਪੁਰਾਣਾ ਉਹੀ ਟੰਗ ਦਿਓ ਘਰ ਦੇ ਮੂਹਰੇ ਟੰਗ ਦਿਓ ਕੋਈ ਦੂਰਾ ਨਹੀਂ ਜਿਹੜਾ ਕੋਈ ਮਨਮਤੀ ਹੈਗਾ ਜਿਹੜਾ ਕੋਈ ਕਰਦਾ ਉਹਨੂੰ ਅਸੀਂ ਦੇਖਾਂਗੇ ਵੀ ਠੀਕ ਆ ਵੀ ਇਹਦਾ ਕੀ ਓਬਜੈਕਸ਼ਨ ਕਿ ਸਾਡੇ ਕੰਧ ਦੀ ਜਗ੍ਹਾ ਛੱਡਣੀ ਨਹੀਂ ਇਹਨਾਂ ਨੇ ਆਹ ਕੁਲਵਿੰਦਰ ਦੀ ਦੁਕਾਨ ਕੁਲਵਿੰਦਰ ਨੂੰ ਪੁੱਛਿਆ ਬੜਾ ਵੀ ਆਏ ਪੇਂਟ ਲੈ ਲਿਆ ਬੋਰਡ 'ਚ ਲੈ ਲਿਆ ਲਿਖੀ ਗਏ ਕਿਉਂਕਿ ਇਹ ਜਿਹੜਾ ਆ ਸਾਡਾ ਪੈਸਾ ਸਾਡਾ ਇਹਨਾਂ ਨੇ ਖਾਧਾ ਆ ਭ੍ਰਿਸ਼ਟਾਚਾਰ ਵਧਾਈ ਹੋਈ ਭ੍ਰਿਸ਼ਟਾਚਾਰ ਨਾਲ ਲੜਾਈ ਸਾਡੀ ਕਿਸੇ ਕੌਮ ਦੀ ਕਿਸੇ ਮਜ਼ਹਬ ਦੀ ਕਿਸੇ ਸਾਡਾ ਕੋਈ ਲੜਾਈ ਨਹੀਂ ਤਾਂ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਨਾ ਇਹਨਾਂ ਨੂੰ ਆ ਦੇਖੋ ਹੁਣ ਇਹਨਾਂ ਦਾ ਸਿਸਟਮ ਦੇਖ ਲਓ ਇਹਨਾਂ ਦਾ ਵਾਹਿਗੁਰੂ ਹਾਂ ਬਈ ਭਗਵਾਨ ਚਲ ਗਿਆ ਇੱਥੇ ਹੀ ਆ ਹੋਰ ਬਨਵਾਰੀ ਬਨਵਾਰੀ ਚਲ ਗਿਆ ਸੋ ਰਿਹਾ ਅੱਜ ਤੱਕ ਆਹੋ ਟਰੈਕਟਰ ਵਾਲਾ ਜਿਹੜਾ ਜ਼ਮੀਨ ਸੀ ਉਹ ਮੇਰੇ ਕੋਲ ਖੇਤ ਹੁਣ ਕੋਈ ਸਮਾਨ ਮੰਗਾਇਆ ਸੀ ਹੋਰ ਤਾਂ ਨਹੀਂ ਤੁਹਾਡਾ ਬੰਦਾ ਆਉਣ ਵਾਲਾ ਮੁੜ ਕੇ ਉੱਥੋਂ ਯੂਪੀ ਚੋਂ ਆਉਣ ਵਾਲਾ ਯਾਰ ਉਹ ਬੀਜ ਮੰਗਾਇਆ ਸੀ ਉਹ ਵਿਚਾਰੇ ਨੇ ਖੇਤੇ ਛਡਾ ਲਏ ਉਹਦੇ ਕੋਲ ਹੁਣ ਮਾਹਾਂ ਦਾ ਜਿਹੜੇ ਯੂਪੀ 'ਚ ਹੁੰਦੇ ਨਾ ਮਾਹ ਜਿਹੜੇ ਮੈਂ ਹੁਣ ਖੇਤ 10 ਬਰਲੇ ਰੱਖਿਆ ਟਰਾਇਲ ਵਾਸਤੇ ਮਾਹਾਂ ਲੰਘ ਹੁਣ ਫਿਰ ਆ ਇਹ ਬੀਜਦੇ ਹਾਂ ਕੀ ਨਾ ਆ ਜਿਹੜੀ ਸਾਗ ਤੋਰੀਆ ਉਹ ਵੀ ਕਿਹਾ ਮੈਂ ਮੁੰਡੇ ਨੂੰ ਅੱਜ ਇੱਕ ਸ਼ਰਾਟਾ ਪੈ ਗਿਆ ਸਿੱਟ ਦਿੰਦੇ ਖਿਲਾਰ ਦਿੰਦੇ ਫਿਰ ਕਰੀ ਚੱਲਾਂਗੇ ਇੱਥੇ ਸੁਣ ਛੱਡ ਕੇ ਜਾਣਾ ਨਾ ਬਨਵਾਰੀ ਪੁੱਛ ਕੋਈ ਪੁੱਛਣਾ ਮੈਂ ਫੋਨ ਕੀਤਾ ਪਰਸੋਂ ਮਿਲਿਆ ਵੀ ਸੀ ਮੈਨੂੰ ਉਹ ਰੁਕਿਆ ਨਹੀਂ ਹੋ ਕੇ ਹੋਰ ਕੰਮ 'ਚ ਸੀਗਾ ਵਿਚਾਰਾ ਚੱਲ ਦੇਖਦਾ ਹੁਣ ਪੁੱਛਦਾ ਉਹ ਤਾਂ ਟਾਈਮ ਨਿਕਲ ਗਿਆ ਹੋਣਾ ਨਾ ਮਾਹਾਂ ਦਾ ਹੁਣ ਤੋਰੀਏ ਦਾ ਟਾਈਮ ਹੈਗਾ ਹਨਾ ਤੋਰੀਆ ਸਿੱਟ ਦਿੰਦੇ ਚੱਲ ਫਿਰ ਪੁੱਛਣਾ ਕਿ ਉਹਨੂੰ ਰਹਿਣ ਦੇ ਸੁਣ ਲੈਂਦੇ ਵਿਚਾਰੇ ਨੂੰ
ਕਿੰਨੇ ਵਜੇ ਆਉਂਦਾ ਕੰਮ ਤੋਂ ਉੱਤੋਂ? ਕਿੰਨੇ ਵਜੇ ਕੰਮ ਤੇ ਆਉਂਦਾ ਹੁੰਦਾ? ਕਿੰਨੇ ਵਜੇ? ਜਦ ਪਹਿਲੇ ਆਏਗਾ ਤਾਂ ਮੇਰੇ ਲਖਨ ਕਪੂਰ ਦਾ ਫੋਨ 'ਤੇ ਕੰਟੈਕਟ ਕਰ ਲੈਣਾ, ਥੋੜ੍ਹਾ ਕੰਮ ਹੈ 10-15 ਮਿੰਟ ਕਾ, ਅੱਧੇ ਘੰਟੇ ਕਾ, ਫਿਰ ਪਾਰਟੀ ਪੂਰਟੀ ਕਰ ਲਵਾਂਗੇ ਆਪਾਂ। ਜਦੋਂ ਵਿਹਲਾ ਹੋਇਆ ਤਾਂ ਆ ਜੀ ਮੇਰੇ ਕੋਲ, ਹੈ ਨਾ? ਹੁਣ ਟਾਈਮ ਥੋੜ੍ਹਾ 15 ਅਗਸਤ ਤੋਂ ਪਹਿਲਾਂ ਅਸੀਂ ਹੈ ਨਾ ਇੱਕ ਦੋ ਕੰਮ ਆ ਉਹ ਕਰਨੇ ਹੈ। ਜਦੋਂ ਵਿਹਲਾ ਹੋਇਆ ਤਾਂ ਆ ਜੀ, ਹੈ? ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।